ਜਵਾਕ ਪੜ ਗਏ ਨਾ ਉਹਨਾਂ ਨੂੰ ਅਕਲ ਆ ਜੂ, ਤੇ ਜੇ ਅਕਲ ਆ ਗਈ ਫਿਰ ਸਾਨੂੰ ਵੋਟਾਂ ਨੀ ਪਾਉਣੀਆਂ। ਹਾਏ ਰੱਬਾ, ਇਹਨਾਂ ਨੂੰ ਅਕਲ ਨਾ ਆਵੇ, ਇਹ ਪੰਜ ਸੱਤ ਪੰਨ ਤੇ ਮੁੜ ਕੇ ਪੱਠੇ ਵੱਢਣ ਲੱਗ ਪੈਣ। ਉਹੀ ਟੋਕਾ, ਉਹੀ ਮੱਝ, ਉਹੀ ਰੌਣਾ। ਆਮ ਲੋਕਾਂ ਦੇ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਨਾ ਨਹੀਂ ਦੇਣਾ ਚਾਹੁੰਦੇ ਲੀਡਰ ਜਿਹੜੇ ਨੇ, ਕਿਉਂਕਿ ਜੇ ਉਹ ਪੜ੍ਹ ਗਏ ਤਾਂ ਉਹ ਅਫਸਰ ਬਣ ਜਾਣਗੇ, ਅਫਸਰ ਬਣ ਗਏ ਤਾਂ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ, ਗਰੀਬੀਆਂ ਚੱਕਦੀਆਂ ਤਾਂ ਇਹਨਾਂ ਦੇ ਘਰਾਂ ਮੂਹਰੇ ਮਹਿਲਾ ਮੂਹਰੇ ਅਰਜ਼ੀਆਂ ਲੈ ਕੇ ਤੇ ਸਵੇਰੇ ਸਵੇਰੇ ਹੱਥ ਜੋੜ ਕੇ ਪਾਉਣ। ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ 'ਚ ਰਹਿਣ ਵਾਲੇ ਰਾਜਾ ਬੜਿੰਗ ਹੁਣ ਫਿਰ ਸੁਰਖੀਆਂ 'ਚ ਆਏ ਨੇ। ਦਰਅਸਲ ਰਾਜਾ ਬੜਿੰਗ ਦੀ ਲੰਘੇ ਦਿਨੀ ਦਿੱਤੇ ਵਿਵਾਦਿਤ ਬਿਆਨ ਦੀ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਬਿਆਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਰਾਜਾ ਬੜਿੰਗ ਨੂੰ ਘੇਰਿਆ ਜਾ ਰਿਹਾ, ਅਤੇ ਹੁਣ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਜਾ ਬੜਿੰਗ ਤੇ ਸ਼ਬਦੀ ਹਮਲੇ ਕੀਤੇ ਨੇ। ਮਾਨ ਨੇ ਕਿਹਾ ਕਿ ਹਮੇਸ਼ਾ ਰਾਜਾ ਬੜਿੰਗ ਦੀਆਂ ਹੀ ਕਿਉਂ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ, ਅਤੇ ਨਾਲ ਹੀ ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਘਰਾਂ ਦੇ ਬੱਚੇ ਪੜ੍ਹ ਕੇ ਅੱਗੇ ਵੱਧ ਸਕਣ। ਲੋਕਾਂ ਦਾ ਆਪ ਮੁਹਾਰੇ ਚੱਲ ਕੇ ਆਉਣਾ ਬਹੁਤ ਅੱਛਾ ਹੈ। ਮੈਂ ਕੱਲ੍ਹ ਦਾ ਇੱਥੇ ਜਲਾਲਾਬਾਦ 'ਚ ਹਾਂ, ਕੱਲ੍ਹ ਨੂੰ ਗੁਆੜੇ ਜਾਣਾ। ਲੋਕਾਂ ਦਾ ਆਪ ਮੁਹਾਰੇ ਚੱਲ ਕੇ ਆਉਣਾ, ਔਰ ਜਿਹੜੇ ਪ੍ਰੋਗਰਾਮ ਰਹਿ ਗਏ ਕੋਈ ਲੇਟ ਹੋ ਗਏ ਤਾਂ ਉਹਨਾਂ ਦਾ ਦੁਬਾਰਾ ਇਹ ਕਹਿਣਾ ਕਿ ਸਾਡੇ ਪਿੰਡ ਤਾਂ ਜ਼ਰੂਰ ਕਰਕੇ ਜਾਓ ਜੀ, ਆ ਕੇ ਜਾਓ, ਜ਼ਰੂਰ ਮਿਲ ਕੇ ਜਾਓ, ਅਸੀਂ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ। ਸੋ ਇੱਥੋਂ ਸਿੱਧ ਹੁੰਦਾ ਕਿ ਲੋਕ ਜਿਹੜੇ ਨੇ ਉਹ ਇਹਨਾਂ ਦੋਨਾਂ ਪਾਰਟੀਆਂ ਤੋਂ ਦੁਖੀ ਨੇ, ਅਤੇ ਹਾਲਾਂਕਿ ਬਹੁਤ ਜ਼ਿਆਦਾ 57,000 ਦੇ ਨੇੜੇ ਤੇੜੇ ਵੋਟਾਂ ਪਈਆਂ ਸੀਗੀਆਂ 2017 'ਚ ਬੰਦ ਕਰੀਆਂ। ਸੋ ਉਸ ਵੇਲੇ ਦਾ ਵੀ ਬਹੁਤ ਵਧੀਆ ਰਿਸਪੋਂਸ ਸੀਗਾ, ਅਤੇ ਹੁਣ ਵੀ ਬਹੁਤ ਵਧੀਆ ਲੋਕਾਂ ਦਾ ਜਿਹੜਾ ਪੋਜ਼ੀਟਿਵ ਰੁਝਾਨ ਹੈ, ਕਿਉਂਕਿ ਸਾਡਾ ਜਿਹੜਾ ਉਮੀਦਵਾਰ ਹੈ ਉਹ ਆਮ ਘਰਾਂ 'ਚੋਂ ਉੱਠਿਆ ਹੋਇਆ, ਇੱਕ ਵਲੰਟੀਅਰ ਹੈ, ਅਤੇ ਉਹ ਦੁੱਖ ਸੁੱਖਾਂ ਨੂੰ ਜਾਣਦਾ। ਬਾਕੀ ਤਾਂ ਕੋਈ ਹੈਲੀਕਾਪਟਰ ਵਾਲਾ, ਕੋਈ ਵੱਡੇ ਧਨਾੜ ਨੇ। ਸੋ ਮੈਂ ਕਹਿੰਦਾ ਕਿ ਰਿਫੋਰਮ ਨੋਟ ਓਨਲੀ ਫੂਲਕਾ ਜੀ, ਮੇਰਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਉੱਥੇ ਲਾਉਣਾ ਹੈ ਪਾਰਲੀਮੈਂਟ 'ਚ ਵੀ, ਚੋਣ ਰਿਫੋਰਮਸ। ਅਤੇ ਜੇ ਕੋਈ ਨਿੱਜੀ ਕਾਰਨ ਜਾਂ ਕੋਈ ਹੋਰ ਦੱਸਦਾ ਤਾਂ ਉਹਦਾ ਖਰਚਾ ਜਾਂ ਉਹਦੇ ਕੋਈ ਕੂਲਿੰਗ ਪੀਰੀਅਡ ਹੋਣਾ ਚਾਹੀਦਾ। ਅਤੇ ਨੰਬਰ ਦੋ 'ਤੇ ਰੂਲ ਬਣਾਓ ਨਾ, ਜਿਹੜਾ ਕੋਈ ਐਮ ਪੀ ਹੈ ਉਹ ਨਾ ਲੜੇ ਐਮ ਐਲ ਏ, ਜਾਂ ਜਿਹੜਾ ਕੋਈ ਐਮ ਐਲ ਏ ਉਹ ਐਮ ਪੀ ਨਾ ਲੜੇ, ਤਾਂ ਆ ਫਿਰ ਆ ਵਿਧਾਨ ਸਭਾ ਵੀ ਜਿਹੜੀ ਹੈ ਉਹ ਜਿਹੜੀ ਜ਼ਮੀਨੀ ਚੋਣ ਹੈ ਜਲਾਲਾਬਾਦ ਦੀ, ਇਹ ਵੀ ਨਾ ਆਉਂਦੀ। ਮੈਂ ਵੀ ਨਾ ਲੜਦਾ ਫਿਰ, ਸੰਗਰੂਰ ਤੋਂ ਐਮ ਪੀ ਹੋ ਕੇ ਮੈਂ ਜਲਾਲਾਬਾਦ ਲੜਿਆ, ਮੈਂ ਜੇ ਕਾਨੂੰਨ ਹੁੰਦਾ ਤਾਂ। ਸੋ ਇਹ ਕਈ ਵਾਰੀ ਕਾਨੂੰਨ ਨੂੰ ਇੱਥੇ ਮਿਸ ਯੂਜ ਕਰ ਜਾਂਦੇ ਆ। ਸੋ ਇੱਕ ਹੈਗੀਆਂ ਕੁਛ ਕਮਜ਼ੋਰ ਕੜੀਆਂ ਕਾਨੂੰਨਾਂ 'ਚੋਂ, ਇਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਰਿਫੋਰਮਸ ਬਾਰੇ ਸੋਚਣਾ ਚਾਹੀਦਾ। ਜਿੱਦਾਂ ਕੋਈ ਨੈਚੁਰਲ ਡੈਥ ਹੋਈ ਹੈ, ਜਿਵੇਂ ਮੁਕੇਰੀਆਂ ਹੋਈ ਹੈ, ਤਾਂ ਕੋਈ ਉਹਦਾ ਪਰਮਾਤਮਾ ਦੇ ਹੱਥ, ਬਾਕੀ 3 ਤਾਂ ਅਵੋਇਡੇਬਲ ਸੀਗੇ। ਅਕਾਲੀ ਦਲ ਨੇ ਖੁਦ ਹੀ ਕਹਿ ਦਿੱਤਾ ਹੋਣਾ ਕਾਂਗਰਸ ਨੂੰ ਪਾਓ, ਆਪਸ 'ਚ ਪਾਉਂਦੇ ਤਾਂ ਰਹਿੰਦੇ ਇੱਕ ਦੂਜੇ ਨੂੰ, ਇਹ ਤਾਂ ਕੋਈ ਮੈਨੂੰ ਲੱਗਦਾ ਨਹੀਂ ਕੋਈ ਨਵੀਂ ਗੱਲ ਹੈ। ਆਪਸ 'ਚ ਇੱਕ ਦੂਜੇ ਨੂੰ ਪਾਉਂਦੇ ਰਹਿੰਦੇ ਵੋਟਾਂ ਕਿ ਇਹਨੂੰ ਪਾਓ, ਹੁਣ ਇਹਨੂੰ ਪਾਓ, ਲੋਕਾਂ ਨਾਲ ਵੋਟਾਂ ਵੋਟਾਂ ਖੇਡਣ ਸਿੱਖ ਗਏ। ਕੋਈ ਗੱਲ ਨਹੀਂ, ਪਬਲਿਕ ਦੱਸ ਦੂਗੀ ਆਉਣ ਵਾਲੀ ਕਿਤੇ। ਸਰ ਤੁਹਾਨੂੰ ਲੱਗਦਾ ਵੀ ਇਹ ਰਲੇ ਹੋਏ ਨੇ? ਸਰ ਮੈਨੂੰ ਕੀ ਲੱਗਦਾ ਜੀ, ਪਤਾ ਹੈ ਸਾਰਾ, ਲੋਕਾਂ ਨੂੰ ਵੀ ਪਤਾ ਹੈ। ਪਹਿਲਾਂ ਰਵਨੀਤ ਬਿੱਟੂ ਇੱਥੇ ਕੀ ਕਰਨ ਆਇਆ ਸੀਗਾ, ਹੁਣ ਕਿਉਂ ਨਹੀਂ ਆਇਆ ਇੱਕ ਦਿਨ ਵੀ ਕੰਪੇਨ ਕਰਨ? ਉਹ ਸਿਰਫ ਸੁਖਬੀਰ ਬਾਦਲ ਨੂੰ ਜਿਤਾਉਣ ਆਇਆ ਸੀ। ਕੈਪਟਨ ਅਮਰਿੰਦਰ ਕੀ ਕਰਨ ਗਿਆ ਸੀਗਾ ਪਟਿਆਲਾ ਛੱਡ ਕੇ ਲੰਬੀ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਗਏ ਸੀ। ਸੋ ਆਪਸ 'ਚ ਇਹਨਾਂ ਦੇ ਸਮਝੌਤੇ ਹੁੰਦੇ ਨੇ, ਅਤੇ ਬਠਿੰਡਾ ਲੈ ਲਓ ਜੀ, ਪਟਿਆਲਾ ਦੇ ਦਿਓ ਜੀ, ਇਸ ਤਰ੍ਹਾਂ ਲੋਕਾਂ ਨਾਲ ਖੇਡਦੇ ਬਸ। ਉਹਦੇ ਵਿੱਚ ਕਹਿੰਦਾ ਉਹ ਕਿ ਅਸੀਂ ਤਾਂ ਨਹੀਂ ਪੜ੍ਹਾਉਂਦੇ ਕਿ ਤਾਂ ਕਿ ਅਨਪੜ੍ਹ ਜਿਹੜਾ ਪੜ੍ਹਿਆ ਲਿਖਿਆ ਮੁੰਡਾ ਹੈ ਉਹਦੀ ਮਾਂ ਨੂੰ ਇਹ ਨਾ ਸਮਝਾ ਦੇ ਕਿ ਰਾਜਾ ਮੇਰੀ ਮਾਂ ਨੂੰ ਬੇਵਕੂਫ ਬਣਾਈ ਜਾਂਦਾ, ਠੀਕ ਹੈ ਨਾ? ਅਤੇ ਇਹ ਰਾਜਾ ਬੜਿੰਗ ਹੀ ਕਿਉਂ ਕਹਿੰਦੇ ਗੱਲ 'ਤੇ ਕਿ ਮੇਰੇ ਬਿਆਨਾਂ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਜਾਂਦਾ, ਕਦੇ ਉਹ ਕਹਿੰਦਾ ਖੰਘ ਦੀ ਦਵਾਈ, ਕਦੇ ਕਹਿੰਦਾ ਮੈਂ ਤੜਾਗੀ ਬੰਨ੍ਹ ਕੇ ਜਾਇਆ ਕਰਾਂਗੇ।
ਕਦੇ ਕਹਿੰਦੇ ਵੀ ਅਸੀਂ ਰਿਬਨ ਵਾਲੀ ਕਾਰ ਵੀ ਦਿਆ ਕਰਾਂਗੇ, ਹੈ ਨਾ। ਕਦੇ ਕਹਿੰਦੇ ਵੀ ਸ਼ਮਸ਼ਾਨ ਘਾਟ ਇਹੋ ਜਿਹੇ ਬਣਾ ਦਾਂਗੇ ਕਿ ਲੋਕਾਂ ਦਾ ਮਰਨ ਨੂੰ ਜੀ ਕਰਿਆ ਕਰੂ ਦੇਖ ਕੇ। ਅਤੇ ਉਹ ਇਹੋ ਜਿਹੇ ਬਿਆਨ ਦਿੰਦੇ ਹੀ ਕਿਉਂ ਹੈ ਜਿਹੜੇ ਈਜ਼ੀਲੀ ਆਸਾਨੀ ਨਾਲ ਤਰੋੜੇ ਮਰੋੜੇ ਜਾ ਸਕਦੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਉਹ 'ਚ ਕਮੀ ਹੈ। ਸੋ ਰਾਜਾ ਬੜਿੰਗ ਜੀ ਨੂੰ ਬੇਨਤੀ ਕਰੂੰਗਾ ਕਿ ਫਿਰ ਉਹ ਕਹਿੰਦਾ ਵੀ ਭਗਵੰਤ ਮਾਨ ਇੱਥੇ ਕਿੰਨਾ ਚਿਰ ਆਇਆ, ਹੈ ਨਾ, ਅਤੇ ਉਹ ਬਠਿੰਡਾ ਕਿੰਨਾ ਚਿਰ ਚਾਹੂਗਾ ਦੇਖ ਲਾਂਗੇ। ਜਿਹੜੀ ਵੈਸੇ ਉਹਨੇ ਗੱਲ ਕਹੀ ਹੈ, ਇਸ ਗੱਲ ਦੇ ਵਿੱਚ ਵੈਸੇ ਸੱਚਾਈ ਵੀ ਹੈ ਵੀ? ਮੈਂ ਤਾਂ ਕਦੋਂ ਦਾ ਕਹਿਣਾ ਇਹ ਗੱਲ ਕਿ ਆਮ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਨਾ ਨਹੀਂ ਦੇਣਾ ਚਾਹੁੰਦੇ ਲੀਡਰ ਜਿਹੜੇ ਨੇ, ਕਿਉਂਕਿ ਜੇ ਉਹ ਪੜ੍ਹ ਗਏ ਤਾਂ ਉਹ ਅਫਸਰ ਬਣ ਜਾਣਗੇ, ਅਫਸਰ ਬਣ ਕੇ ਤਾਂ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ, ਗਰੀਬੀਆਂ ਚੱਕਦੀਆਂ ਤਾਂ ਇਹਨਾਂ ਦੇ ਘਰਾਂ ਮੂਹਰੇ ਮਹਿਲਾ ਮੂਹਰੇ ਅਰਜ਼ੀਆਂ ਲੈ ਕੇ ਅਤੇ ਸਵੇਰੇ ਸਵੇਰੇ ਹੱਥ ਜੋੜ ਕੇ ਕੌਣ ਖੜੂਗਾ। ਮੈਂ ਤਾਂ ਪਹਿਲਾਂ ਤੋਂ ਕਹਿਣਾ ਰਾਜੇ ਬੜਿੰਗ ਤੋਂ ਕਿਤੇ ਗਲਤੀ ਨਾਲ ਸੱਚ ਬੋਲਿਆ ਗਿਆ। ਸਰ ਤੁਹਾਨੂੰ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਜੀ? 24 ਤਰੀਕ ਨੂੰ ਪਤਾ ਲੱਗ ਜੂਗਾ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਭਗਵੰਤ ਮਾਨ ਜਲਾਲਾਬਾਦ 'ਚ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਸਨ, ਜਿਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਅਕਾਲੀ ਦਲ ਦੀ ਵੋਟਾਂ